allí. ਜਿਹਦਾ ਬੱਦਲ ਹੋਇਆ ਫਿਰ ਤਾਂ ਨਹੀਂ ਮੈਂ ਆਉਂਦਾ ਸੀਗਾ। ਬਾਬੇ ਕੱਲ ਆ ਜਾਊਗਾ ਮੈਨੂੰ। ਪੰਜਾਬ ਦੇ ਮਹੀਨਾ ਆ ਰਿਹਾ ਕਿਹੜਾ ਬਰਕਤਾਂ ਦਾ ਮਹੀਨਾ ਹੁੰਦਾ ਜੀ ਇਹ। ਇਹਦੇ ਵਿੱਚ ਜ਼ਿਆਦਾ ਸਾਡੇ ਕੁਰਾਨ ਸ਼ਰੀਫ ਵਗੈਰਾ ਵਿਖਦੇ ਜਾਂਦੇ ਕਿ ਟੋਕਰਾਂ ਸ਼ੇਰ ਸਫਾਂ ਟੋਪੀਆਂ ਵਗੈਰਾ ਵਿਖਦੀਆਂ ਜ਼ਿਆਦਾ ਇਹਦੇ ਵਿੱਚ। ਅਤੇ ਦੂਰੋਂ ਦੂਰੋਂ ਬਾਹਰੋਂ ਵੀ ਲੋਕ ਪੰਜਾਬ 'ਚੋਂ ਬੰਦੇ ਸਾਡੇ ਕੋਲ ਆਉਂਦੇ ਨੇ ਸਮਾਨ ਲੈਣ। ਇਹਦੇ ਵਿੱਚ ਪੰਜਾਬ ਦੇ ਮਹੀਨੇ ਸਾਡੀ ਨਾ ਥੋੜ੍ਹੀ ਸੈਲ ਵੀ ਵੱਧ ਜਾਂਦੀ ਹੈ ਆਇਆ। ਅਤੇ ਇੱਤਰ ਵਗੈਰਾ ਵੀ ਵਿਖਦੇ ਸਾਡੇ ਕਿਤਾਬਾਂ ਜ਼ਿਆਦਾ ਵਿਖਦੀਆਂ ਜਾਂਦੇ ਕਿ ਕੁਰਾਨ ਸ਼ਰੀਫ ਜ਼ਿਆਦਾ ਵੱਧ ਵਿਖਦੇ ਨਾ ਕੁਰਾਨ ਸ਼ਰੀਫ 'ਚ ਜਾ ਵੱਧ ਵੱਧ ਪੜ੍ਹਿਆ ਨਾ ਕੁਰਾਨ ਸ਼ਰੀਫ ਰਮਜ਼ਾਨ ਦੇ ਮਹੀਨੇ ਪੜ੍ਹਿਆ ਜਾਂਦਾ ਵੱਧ ਕੁਰਾਨ ਸ਼ਰੀਫ। ਇਸ ਕਰਕੇ ਅਸੀਂ ਵੱਧ ਹੀ ਵਿਖਦੇ ਸਾਡੇ। ਹਾਂ ਜੀ ਇਹ ਸਾਲ ਹੁੰਦੇ ਆ ਮਹੀਨੇ ਦੀ ਵਿਕਰੀ ਹੁੰਦੀ ਆ ਜੀ ਰਮਜ਼ਾਨ ਦੇ ਮਹੀਨੇ 'ਚ ਹਫ਼ਤਾ ਪਹਿਲਾਂ ਗੱਲ ਕੇ ਸ਼ੁਰੂ ਹੋ ਜਾਂਦੀ ਹੈ ਜੀ। ਹੋਰ ਚੱਕੋ ਜੀ ਕੋਈ ਹੋਰ ਚੱਕੇ ਤੁਸੀਂ ਕਹੋ ਵੀ ਇਹ ਨਹੀਂ ਕੋਈ ਹੋਰ ਜੋ ਰਮਜ਼ਾਨ ਮੁਬਾਰਕ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ ਦੇ ਵਿੱਚ ਅੱਲਾਹ ਤਾਲਾ ਬਹੁਤ ਜੋ ਗੁਨਾਹ ਕੀਤੇ ਨੇ ਉਹ ਮਾਫ਼ ਕਰਦੇ ਨੇ। ਇਸ ਪਾਕ ਮਹੀਨੇ ਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਭਾਈਚਾਰੇ ਨੂੰ ਏਕਤਾ ਬਣਾਉਂਦੇ ਹੋਏ ਅਸੀਂ ਰੋਜ਼ਾ ਅਫਤਾਰ ਪਾਰਟੀਆਂ ਰੱਖਦੇ ਹਾਂ। ਰੋਜ਼ਾ ਇੱਕ ਦੂਜੇ ਨੂੰ ਅਸੀਂ ਕਰਾਉਂਦੇ ਹਾਂ ਮਿਲਦੇ ਹਾਂ। ਦੇਖੋ ਇਹਦੇ ਵਿੱਚ ਫਰੂਟ ਖਰੀਦੇ ਜਾਂਦੇ ਨੇ ਔਰ ਮਤਲਬ ਜ਼ਿਆਦਾ ਵਧੀਆ ਵਧੀਆ ਸਬਜ਼ੀਆਂ ਬਣਾਈਆਂ ਜਾਂਦੀਆਂ ਵਧੀਆ ਖੰਜੂਰਾਂ ਖਰੀਦੀਆਂ ਜਾਂਦੀਆਂ ਨੇ ਮਤਲਬ ਵਧੀਆ ਤੋਂ ਵਧੀਆ ਖਾਣਾ। ਅੱਲਾਹ ਤਾਲਾ ਦਾ ਹੁਕਮ ਹੈ ਕਿ ਰਮਜ਼ਾਨ ਦਾ ਜਿਹੜਾ ਮਹੀਨਾ ਹੈ ਇਹਦੇ ਵਿੱਚ ਕੋਈ ਹਿਸਾਬ ਕਿਤਾਬ ਨਹੀਂ ਹੋਊਗਾ। ਇਸ ਲਈ ਮਤਲਬ ਜਿੰਨਾ ਵਧੀਆ ਤੋਂ ਵਧੀਆ ਖਾਣਾ ਤੁਸੀਂ ਖਾ ਸਕਦੇ ਹੋ ਵਧੀਆ ਉਹਦਾ ਪਹਿਨਣਾ ਪੈ ਸਕਦਾ ਉਹਦੀ ਖਾ ਬੋਲ ਦੋਗੇ ਆਇਆ।
ਹਾਂ ਇੱਕ ਮਿੰਟ ਖੜ ਜਾਓ ਬਸ ਜਿਵੇਂ ਮੁਸਲਮਾਨਾਂ 'ਤੇ ਨਮਾਜ਼ 'ਤੇ ਫਰਜ਼ ਕਰੀ ਗਈ ਆ ਇਹਦੇ ਮੁਤਾਬਕ ਪੰਜ ਹੋਰ ਫਰਜ਼ ਨੇ ਉਹਦੇ ਵਿੱਚੋਂ ਦੂਜਾ ਫਰਜ਼ ਰੋਜ਼ੇ ਨੇ ਅੱਲਾਹ ਤਾਲਾ ਨੇ ਮੁਸਲਮਾਨਾਂ 'ਤੇ ਰੋਜ਼ੇ ਫਰਜ਼ ਕਰੇ ਗਏ ਨੇ ਇਹ ਬਹੁਤ ਮੁਬਾਰਕ ਮਹੀਨਾ ਇਹ ਮਹੀਨੇ ਵਿੱਚ ਕੁਰਾਨ ਸ਼ਰੀਫ ਉਤਰਿਆ ਸੀ ਅਤੇ ਅੱਲਾਹ ਤਾਲਾ ਚਾਹੁੰਦਾ ਵੀ ਮੇਰਾ ਬੰਦਾ ਮੇਰੀ ਬੰਦਗੀ ਕਰੇ ਭੁੱਖਾ ਰਹਿ ਕੇ ਰੂਹ ਨੂੰ ਜਿਹੜੀ ਰੂਹਾਨੀਅਤ ਨੂੰ ਆ ਉਹ ਅੱਲਾਹ ਤਾਲਾ ਦੇ ਹੋਰ ਨੇੜੇ ਲੱਗਦੀ ਆ ਭੁੱਖਾ ਰਹਿ ਕੇ ਬੰਦਾ ਰੱਬ ਦੀ ਇਬਾਦਤ ਵਧੀਆ ਤਰੀਕੇ ਨਾਲ ਕਰਦਾ ਅਤੇ ਉਹਨੂੰ ਇਹ ਵੀ ਅਹਿਸਾਸ ਹੁੰਦਾ ਵੀ ਜੋ ਗਰੀਬ ਵਿਚਾਰੇ ਬਿਨਾਂ ਰੋਟੀ ਤੋਂ ਆਮ ਰਹਿੰਦੇ ਨੇ ਉਹਨਾਂ ਬਾਰੇ ਵੀ ਉਹ ਸੋਚਣ ਲੱਗ ਜਾਂਦਾ ਇਸ ਕਰਕੇ ਅੱਲਾਹ ਤਾਲਾ ਨੇ ਇਸ ਨੂੰ ਆਪਣੇ ਬੰਦਿਆਂ 'ਤੇ ਫਰਜ਼ ਕੀਤਾ ਵੈਸੇ ਹਰ ਇੱਕ ਧਰਮ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਰੋਜ਼ੇ ਹੁੰਦੇ ਨੇ ਰੋਜ਼ੇ ਦਾ ਬੇਸਿਕ ਮਤਲਬ ਹੁੰਦਾ ਵੀ ਰੁਕਣਾ ਆਪਦੇ ਜਿਹੜੇ ਨਫਸਾਨੀ ਸਿਖਾਇਆ ਸਾਤਾਂ ਨੇ ਉਹਨਾਂ ਤੋਂ ਰੁਕਣਾ